13-14 दिन मैनू बुखार हो गए, 103-104 डिग्री तक भी मैं बुखार हो गया। डॉक्टर आया कहना भी तुसी ले आयो एमरजेंसी है ना, भी कुछ सीरीयस लगता है। जिहड़ा सर्जन सीगा उन्हें देख के पता लग गया भी ये इंटस्टाइन च होल होया आ, ये बस घरदे दुआवां करके जी जिहड़े प्यार करदे आ उन्हां करके बच बुच गए, नहीं तो बचना कोई नहीं सी। असीं सारे ऑपरेशन थिएटर दे बाहर खड़े थे, वो कहिंदे भी असीं ऑपरेशन नहीं कर सकदे। इन्ना ज़्यादा ढिड दुखना कि मैं 2-3 बजे तक एमरजेंसी गया हाँ, उठ के रात को ना भी 3 बजे उठ के रात को एमरजेंसी तुर पे है ना। गौणा जी ने तीजे गाले से फिर जो उन्हें किसी को बुलाना वो भी ना आवाज़ निकलनी, फिर उदो मैं लग्या मैं क्या यार भी पता नहीं भी जिमें जिमें पहला गाँवदा सी उमें गा पाऊँगा कि नहीं, भी वो अपना बक काम करन लग गया, ये दोनों जने इकट्ठे होंदे आ वो दिसदा नहीं है ना। बिना गाल तो साले बुला के राजी नहीं, जीदा भी उड़िया मजाक होवे बुला के। 2-3 चीजा उन्होंने इदां दीआं कीतीआं ने भी शायद ਵੀ ਸ਼ਾਇਦ ਉਹ ਬੰਦਾ ਕਿਸੇ ਲਈ ਵੀ ਨਹੀਂ ਕਰਦਾ, ਤੇ ਉਹਨਾਂ ਨੇ ਮੇਰਾ ਸਤੂਲ ਤੱਕ ਸਾਫ਼ ਕੀਤਾ ਹੈ। ਕਰ ਵੀ ਸਕਦੇ ਨੇ ਇਹ ਜਿਹੜੇ ਮੈਨੂੰ ਜੀਣ ਨਹੀਂ ਦਿੰਦੇ, ਮੇਰੇ ਲਈ ਮਰ ਵੀ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਮੈਂ ਬੱਲੀ ਬਾਟ। ਪੰਜਾਬੀ 뮤직 ਇੰਡਸਟਰੀ ਦੀ ਇੱਕ ਤਿੱਕੜੀ ਆ, ਨਾਮ ਹੈ ਦਾ ਲੈਂਡਰ, ਜਿਨ੍ਹਾਂ ਦੇ ਵਿੱਚੋਂ ਕਾਫੀ ਲੰਮੇ ਸਮੇਂ ਤੋਂ ਇੱਕ ਸ਼ਖਸ ਗਾਇਬ ਚੱਲ ਰਿਹਾ ਸੀਗਾ, ਨਾਮ ਹੈ ਡੈਵੀ। ਸੋਖਿਆ ਨਾਲ ਗੁਰੀਆ ਨਾਲ, ਪਰ ਐਸਾ ਕੀ ਹੋਇਆ ਕਿ ਡੈਵੀ ਉਹਨਾਂ ਦੇ ਵਿੱਚੋਂ ਗਾਇਬ ਹੋ ਗਿਆ। ਇੱਕ ਵੱਡੀ ਇੰਜਰੀ, ਵੱਡੀ ਬਿਮਾਰੀ ਜਿਹਦਾ ਸਾਰੇ ਪਾਸੇ ਖੁਲਾਸਾ ਵੀ ਕੀਤਾ ਡੈਵੀ ਨੇ। ਅੱਜ ਡੈਵੀ ਸਾਡੇ ਨਾਲ ਮੌਜੂਦ ਆ, ਬਹੁਤ ਸਾਰੀ ਗੱਲਾਂ ਕਰਾਂਗੇ ਕਿ ਜਰਨੀ ਕਿਵੇਂ ਦੀ ਨਿਕਲੀ, ਉਹ ਸਫ਼ਰ ਕਿਵੇਂ ਦਾ ਨਿਕਲਿਆ। ਸੋ ਡੈਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਵੀਰ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫਸਟ ਟਾਈਮ ਇੱਦਾਂ ਹੋ ਰਿਹਾ ਨਾ ਕਿ ਡੈਵੀ ਇਕੱਲਾ ਇੰਟਰਵਿਊ ਕਰ ਰਿਹਾ? ਹਾਂ, ਪਹਿਲੀ ਸਭ ਤੋਂ ਪਹਿਲਾਂ ਇਹ ਹੋ ਰਿਹਾ ਕਿ ਮੈਂ ਫਸਟ ਟਾਈਮ ਹੋ ਰਿਹਾ ਕਿ ਮੈਂ ਇਕੱਲਾ ਇੰਟਰਵਿਊ ਦੇ ਰਿਹਾ, ਉੱਪਰੋਂ ਮੈਂ ਬੋਲਦਾ ਘੱਟ ਆ ਤੇ ਅੱਜ ਮੈਨੂੰ ਬੋਲਣਾ ਵੀ ਜ਼ਿਆਦਾ ਪੈਣਾ। ਅੱਜ ਲੱਗਦਾ ਕਿ ਜਿਹੜੀਆਂ ਗੱਲਾਂ ਨੇ ਉਹ ਦਿਲ ਖੋਲ ਕੇ ਹੋਣਗੀਆਂ। ਪੂਰੀਆਂ ਪੂਰੀਆਂ ਜੀ, ਮੈਂ ਕੋਈ ਕੀਤਾ ਹੀ ਨਹੀਂ ਇੰਟਰਵਿਊ ਬੜੇ, ਵੈਸੇ ਹੀ ਨਹੀਂ ਕੋਈ ਇੰਟਰਵਿਊ ਕੀਤਾ ਬੜੇ ਟਾਈਮ ਤੋਂ, ਤੇ ਹੁਣ ਕਰਨ ਵੀ ਪਹਿਲਾਂ ਲੱਗਾ ਤਾਂ ਅੱਜ ਦਿਲ ਖੁੱਲ ਕੇ ਬੋਲਾਂਗੇ ਪੂਰਾ। ਅੱਛਾ, ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਦੁਬਾਰਾ ਤੰਦਰੁਸਤ ਦੇਖ ਕੇ, ਚਿਹਰੇ ਤੋਂ ਸਮਾਈਲ ਦੇਖ ਕੇ ਡੈਵੀ ਦੀ, ਹੈ ਨਾ, ਕਿ ਡੈਵੀ ਸਾਡਾ ਭਰਾ ਦੁਬਾਰਾ ਤੋਂ ਫਿੱਟ ਹੋ ਗਿਆ ਹੈ ਨਾ, ਬੜੀ ਖੁਸ਼ੀ ਆ। ਕਿੰਨੀਆਂ ਦੁਆਵਾਂ ਸੀ ਇਹਦੇ ਪਿੱਛੇ? ਮੈਨੂੰ ਲੱਗਦਾ ਜ਼ਿਆਦਾ ਦੁਆਵਾਂ ਹੀ ਸੀਗੀਆਂ, ਨਹੀਂ ਤਾਂ ਬਚਣਾ ਬੁਚਣਾ ਕੋਈ ਨਹੀਂ ਸੀ ਆਪਾਂ। ਇਹ ਬਸ ਘਰਦਿਆਂ ਦੀ ਦੁਆਵਾਂ ਕਰਕੇ ਜੀ, ਜਿਹੜੇ ਪਿਆਰ ਕਰਦੇ ਆ ਉਹਨਾਂ ਕਰਕੇ ਬਚ ਬੁਚ ਗਏ, ਨਹੀਂ ਤਾਂ ਬਚਣਾ ਕੋਈ ਨਹੀਂ ਸੀ। ਸਟਾਰਟਿੰਗ ਤੋਂ ਆਵਾਂ ਕੋਈ, ਸ਼ੁਰੂ ਤੋਂ ਆਪਾਂ, ਤੁਸੀਂ ਵੀ ਸ਼ੇਅਰ ਕੀਤਾ ਸੀਗਾ ਕਿ ਮੇਰੇ ਨਾਲ ਇਹ ਸਾਰਾ ਕੁਝ ਵਾਪਰਿਆ ਹੈ ਨਾ। ਆਈ ਗੈਸ ਫੈਬਰੀ ਦੇ ਵਿੱਚ ਸੁੱਖ ਬਾਈ ਦਾ ਵਿਆਹ ਸੀਗਾ ਤੇ ਹੈ ਨਾ, ਮਾਰਚ ਦੇ ਵਿੱਚ ਤੁਹਾਡੇ ਨਾਲ ਇਹ ਇੰਸੀਡੈਂਟ ਹੋ ਗਿਆ। ਸ਼ੁਰੂਆਤ ਕਿਵੇਂ ਹੋਈ, ਕੀ ਕਾਰਨ ਬਣਿਆ ਕਿ ਇਹ ਕਾਰਨ ਬਿਮਾਰੀ ਬਣਦੀ ਬਣਦੀ ਵੱਡੀ ਬਣ ਗਈ ਤੇ ਜਿਵੇਂ ਕਹਿੰਦੇ ਮੇਜਰ ਰੂਪ ਲੈ ਲਿਆ ਜਿਹਨੇ? ਇਹ ਅਸਲ 'ਚ ਸ਼ੁਰੂ ਇੱਦਾਂ ਹੋਇਆ ਕਿ ਪਹਿਲਾਂ ਮੈਨੂੰ ਸਿਰਫ ਨੋਰਮਲ ਇੱਕ ਬੁਖਾਰ ਸੀਗਾ ਹੈ ਨਾ, ਮੈਨੂੰ 2-3 ਦਿਨ ਬੁਖਾਰ ਰਿਹਾ ਤੇ ਮੈਂ ਕਿਹਾ ਵੀ ਚਲੋ ਨੋਰਮਲ ਵਾਇਰਲ ਹੋਊਗਾ ਜਾਂ ਕੁਛ ਵੀ ਹੋਊਗਾ ਨਾ, ਆਪਾਂ ਗੋਲੀ ਲਿੱਤੀ ਤੇ ਤੁਰ ਪਏ ਕੰਮ ਨੂੰ ਹੈ ਨਾ। ਇੱਦਾਂ ਹੀ ਚੱਲਦਾ ਰਿਹਾ, 3-4 ਦਿਨ ਹੋ ਗਏ ਨਹੀਂ ਠੀਕ ਹੋਇਆ, 5-6 ਦਿਨ ਹੋ ਗਏ ਫਿਰ ਵੀ ਨਹੀਂ ਠੀਕ ਹੋਇਆ। ਜਦੋਂ 5-6 ਦਿਨ ਹੋਏ ਫਿਰ ਮੈਨੂੰ ਲੱਗਾ ਵੀ ਨਹੀਂ ਸ਼ਾਇਦ ਵਾਇਰਲ ਨੀਗਾ, ਵੀ ਕੁਛ ਹੋਰ ਹੋ ਸਕਦਾ ਹੈ ਨਾ। ਤਾਂ ਮੈਂ ਸਾਰੇ ਆਪਣੇ ਬੋਡੀ ਟੈਸਟ ਕਰਾਏ ਹੈ ਨਾ, ਵੀ ਬਲੱਡ ਟੈਸਟ ਕਰਾਏ, ਸਾਰੇ ਟੈਸਟ ਕਰਾਏ। ਉਹਦੇ 'ਚ ਸਿਰਫ ਇਨਫੈਕਸ਼ਨ ਆਈ ਹੈ ਨਾ, ਯੂਰਿਨ 'ਚ ਇਨਫੈਕਸ਼ਨ ਆਈ, ਵੀ ਥੋੜ੍ਹੀ ਬਹੁਤ ਇਨਫੈਕਸ਼ਨ ਆ ਹੈ ਨਾ, ਵੀ ਉਹ ਕੁਛ ਪਤਾ ਨਹੀਂ ਲੱਗਾ ਵੀ ਕਿਹਦੇ ਕਰਕੇ ਆ ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਜਦੋਂ ਇਨਫੈਕਸ਼ਨ 'ਚ ਕੁਛ ਨਹੀਂ ਆਇਆ, ਥੋੜ੍ਹੇ ਦਿਨ ਐਂਟੀਬਾਇਓਟਿਕਸ ਖਾ ਲਈਆਂ ਹੈ ਨਾ, ਵੀ ਚਲੋ ਠੀਕ ਹੋ ਜੂਗਾ ਜੇ ਕੁਛ ਹੋਇਆ, ਤਾਂ ਉਦੋਂ ਵੀ ਕੁਛ ਗੱਲ ਨਹੀਂ ਬਣੀ। ਫਿਰ 13-14 ਦਿਨ ਆ ਹੀ ਚੱਲਦਾ ਰਿਹਾ, 13-14 ਦਿਨ ਮੈਨੂੰ ਬੁਖਾਰ ਹੋਵੇ, 103-104 ਡਿਗਰੀ ਤੱਕ ਵੀ ਮੈਨੂੰ ਬੁਖਾਰ ਹੋ ਗਿਆ ਸੀਗਾ ਘਰ। ਅਤੇ ਜਦੋਂ 104 ਡਿਗਰੀ ਤੱਕ ਵੀ ਬੁਖਾਰ ਰਹਿੰਦਾ ਰਿਹਾ, ਚੱਲਦਾ ਰਿਹਾ, ਫਿਰ 13-14 ਦਿਨ ਨਾ ਮੇਰੇ ਢਿੱਡ 'ਚ ਬਹੁਤ ਜ਼ਿਆਦਾ ਦਰਦ ਹੋਈ ਇੱਕੋਦਮ। ਅਤੇ ਫਿਰ ਨਾਲ ਦੀ ਨਾਲ ਘਰ ਡਾਕਟਰ ਬੁਲਾਇਆ ਨਾ, ਡਾਕਟਰ ਨੇ ਮੇਰੇ ਡ੍ਰਿਪ ਲਾਈ, ਮੈਨੂੰ ਪੇਨ ਕਿਲਰ ਦਿੱਤੇ ਹੈ ਨਾ, ਅਤੇ ਮੈਂ ਦੱਸਿਆ ਵੀ ਢਿੱਡ 'ਚ ਦਰਦ ਹੋ ਰਿਹਾ, ਉਹਨਾਂ ਲੱਗਾ ਵੀ ਸ਼ਾਇਦ ਕੋਈ ਗੈਸ ਗੂਸ ਦੀ ਪ੍ਰੋਬਲਮ ਹੋ ਸਕਦੀ ਹੈ ਹੈ ਨਾ, ਅਤੇ ਉਹ ਵੀ ਟੀਕੇ ਲੱਗੇ ਜਿਹੜੇ ਵੀ ਹੁੰਦੇ ਆ ਮੈਨੂੰ ਪਤਾ ਨਹੀਂਗਾ। ਅਤੇ ਮਤਲਬ ਉਹਨੇ ਸਾਰਾ ਕੁਛ ਕੀਤਾ ਬਟ ਕਿਸੇ ਨਾਲ ਕੋਈ ਫਰਕ ਪਿਆ ਨਹੀਂ, ਕਿਸੇ ਨਾਲ ਵੀ ਹੈ ਨਾ। ਉਸ ਦਿਨ ਸੀਗਾ ਵੀ ਸੰਡੇ, ਸਾਰਾ ਕੁਛ ਬੰਦ ਸੀਗਾ, ਅਤੇ ਉਹ ਕਹਿੰਦਾ ਵੀ ਅੱਜ ਹੈਗਾ ਵੀ ਸੰਡੇ, ਅੱਜ ਅਲਟਰਾਸਾਊਂਡ ਵੀ ਕਿਤੋਂ ਨਹੀਂ ਆਉਣਾ ਹੈਗਾ, ਨੋਰਮਲੀ ਹੈ ਨਾ, ਵੀ ਐਮਰਜੈਂਸੀ ਜਾਓਗੇ ਫਿਰ ਤਾਂ ਚਲੋ ਹੋ ਹੀ ਜਾਊਗਾ, ਵੀ ਨੋਰਮਲੀ ਕਿਤੋਂ ਨਹੀਂ ਆਉਣਾ, ਤੁਸੀਂ ਐਂ ਕਰੋ ਵੀ 1 ਦਿਨ ਦਾ ਵੇਟ ਕਰ ਲਓ, ਵੀ ਆਪਾਂ ਕੱਲ੍ਹ ਸਵੇਰੇ ਅਲਟਰਾਸਾਊਂਡ ਕਰਾ ਲੈਂਦੇ ਹਾਂ ਨਾ, ਚੈੱਕ ਕਰਾ ਲੈਂਦੇ ਹਾਂ ਸਾਰਾ ਕੁਛ। ਅਤੇ ਅਸੀਂ ਕਿਹਾ ਵੀ ਚਲੋ ਠੀਕ ਆ ਹੈ ਨਾ, ਅਤੇ ਡਾਕਟਰ ਉਹ ਲਾ ਕੇ ਚਲੇ ਗਿਆ ਡ੍ਰਿਪ ਵਗੈਰਾ। ਪਰ ਉਹ ਤੋਂ 1 ਘੰਟੇ ਬਾਅਦ ਫਿਰ ਦੁਬਾਰਾ ਮੇਰੇ ਇੰਨੀ ਜ਼ਿਆਦਾ ਦਰਦ ਹੋਈ, ਇੰਨੀ ਜ਼ਿਆਦਾ ਕਿ ਮਤਲਬ ਮੈਂ ਸਹਿ ਨਹੀਂ ਸਕਿਆ, ਵੀ ਮੈਂ ਕਿਹਾ ਵੀ ਜਾਣਾ ਪੈਣਾ ਵੀ ਹੈ ਨਾ। ਡਾਕਟਰ ਆਇਆ ਕਹਿੰਦਾ ਵੀ ਤੁਸੀਂ ਲੈ ਜਾਓ ਐਮਰਜੈਂਸੀ ਹੈ ਨਾ, ਵੀ ਕੁਛ ਸੀਰੀਅਸ ਲੱਗਦਾ ਆ ਹੈ ਨਾ, ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਪੇਨ ਕਿਲਰ ਨਾਲ ਰੁਕ ਜਾਂਦਾ, ਮਾਮੂਲੀ ਦਰਦ ਹੋਵੇ ਕੋਈ। ਅਤੇ ਫਿਰ ਹੋਸਪਿਟਲ ਗਏ, ਫਿਰ ਹੋਸਪਿਟਲ ਜਾ ਕੇ ਚੈੱਕ ਕੀਤਾ ਸਾਰਾ, ਅਲਟਰਾਸਾਊਂਡ ਵਗੈਰਾ ਕੀਤਾ, ਛਾਤੀ ਦਾ ਐਕਸਰੇ ਕੀਤਾ, ਅਤੇ ਉਹਦੇ 'ਚ
ਇੱਥੇ ਨਾ ਬਬਲ ਸੀਗੇ ਗੈਸ ਦੇ, ਹੈ ਨਾ, ਚੈਸਟ 'ਚ, ਅਤੇ ਉਹ ਉਹ ਫਿਰ ਜਿਹੜਾ ਸਰਜਨ ਸੀਗਾ ਉਹਨੂੰ ਦੇਖ ਕੇ ਪਤਾ ਲੱਗ ਗਿਆ ਵੀ ਇਹ ਇੰਟਸਟਾਈਨ 'ਚ ਹੋਲ ਹੋਇਆ ਆ, ਵੀ ਉਹਦੇ ਕਰਕੇ ਸਾਰਾ ਜਿਹੜਾ ਸਟੂਲ ਆ ਉਹ ਅੰਦਰ ਢਿੱਡ ਦੀ ਕੈਵਿਟੀ 'ਚ ਹੈਗਾ, ਅਤੇ ਫਿਰ ਉਹਦੇ ਬਬਲਸ ਬਣ ਰਹੇ ਆ ਜਿਹੜੇ ਚੈਸਟ ਤੱਕ ਆ ਰਹੇ ਨੇ, ਅਤੇ ਢਿੱਡ ਬਹੁਤ ਜ਼ਿਆਦਾ ਫੁੱਲਿਆ ਹੋਇਆ ਸੀਗਾ, ਹੈ ਨਾ, ਬਿਲਕੁਲ ਜਿੱਦਾਂ ਆ ਵੀ ਸਾਹ ਨਹੀਂ ਆ ਰਿਹਾ ਨਾ, ਇੰਨਾ ਫੁੱਲਿਆ ਹੋਇਆ ਸੀਗਾ, ਅਤੇ ਦਰਦ ਤਾਂ ਕੰਟੀਨਿਊ ਸੀਗੇ, ਇੱਕ ਮਿੰਟ ਵੀ ਰੁਕੇ ਨੀਗੇ, ਅਤੇ ਫਿਰ ਉੱਥੇ ਪਤਾ ਲੱਗਿਆ ਵੀ ਹਾਂ ਇਹ ਸੀਗਾ, ਫਿਰ ਓਪਰੇਸ਼ਨ ਲਈ ਤਿਆਰ ਕੀਤਾ, ਫਿਰ ਓਪਰੇਸ਼ਨ ਤੋਂ ਪਹਿਲਾਂ ਹਾਂ ਉਹਨਾਂ ਕੋਲ ਆਕਸੀਜਨ ਨਹੀਂ ਸੀਗਾ, ਹੈ ਨਾ, ਉਦੋਂ ਆਕਸੀਜਨ ਦਾ ਬਹੁਤ ਸ਼ੌਰਟ ਚੱਲ ਰਿਹਾ ਸੀਗਾ, ਅੱਛਾ, ਅਤੇ ਮੇਰਾ ਸੈਚੁਰੇਸ਼ਨ ਲੈਵਲ ਉਦੋਂ ਕੋਵਿਡ ਕਰਕੇ ਵੀ ਥੋੜ੍ਹੀ ਸ਼ੋਰਟੇਜ ਸੀ, ਅਤੇ ਮੇਰਾ ਸੈਚੁਰੇਸ਼ਨ ਲੈਵਲ ਘੱਟ ਆਇਆ, 66% ਆਇਆ, ਹੈ ਨਾ, ਅਤੇ ਓਪਰੇਸ਼ਨ ਥੀਏਟਰ ਦੇ ਬਾਹਰ ਖੜ੍ਹੇ ਆ ਸਾਰੇ ਜਣੇ ਅਸੀਂ, ਮੈਂ ਖੜ੍ਹੇ ਸੀਗਾ, ਡੈਡੀ ਖੜ੍ਹੇ ਸੀਗੇ, ਅਤੇ ਹੋਰ ਆ ਸੁੱਖੇ ਬਾਈ ਉਹਨੇ ਖੜ੍ਹੇ ਸੀਗੇ, ਚੀਨੂ ਖੜ੍ਹਾ ਸੀ, ਅਤੇ ਅਸੀਂ ਸਾਰੇ ਓਪਰੇਸ਼ਨ ਥੀਏਟਰ ਦੇ ਬਾਹਰ ਖੜ੍ਹੇ, ਅਤੇ ਉਹ ਕਹਿੰਦੇ ਵੀ ਅਸੀਂ ਓਪਰੇਸ਼ਨ ਨਹੀਂ ਕਰ ਸਕਦੇ, ਵੀ ਕਹਿੰਦੇ ਵੀ ਸੈਚੁਰੇਸ਼ਨ ਲੈਵਲ ਘੱਟ ਆ, ਵੀ ਅਸੀਂ ਰਿਸਕ ਨਹੀਂ ਲੈ ਸਕਦੇ, ਵੀ ਅਸੀਂ ਜੇ ਇੰਨਾ ਘੱਟ ਸੈਚੁਰੇਸ਼ਨ ਲੈਵਲ 'ਤੇ ਜਦੋਂ ਐਨਸਥੀਸੀਆ ਦਿੰਦੇ ਆ ਜਰਨਲ, ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਵੀ ਕਹਿੰਦੇ ਵੀ ਚਾਂਸਿਸ ਹੁੰਦੇ ਆ ਕਿ ਬੰਦਾ ਸ਼ਾਇਦ ਨਾ ਉੱਠੇ, ਅਤੇ ਉਹ ਮਤਲਬ ਮੈਂ ਉੱਥੇ ਪਿਆ ਆ, ਅਤੇ ਆਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਉੱਥੇ, ਹੈ ਨਾ, ਅਤੇ ਅੱਛਾ ਇਹੋ ਸਮਾਈਲਿੰਗ ਫੇਸ ਉਦੋਂ ਵੀ ਹੈਗਾ ਸੀ ਜਿਹੜੀ ਸਮਾਈਲ ਹੁਣ ਨਹੀਂ, ਉਹ ਸਮਾਈਲ ਦੱਸ ਰਹੇ ਹੋ, ਉਦੋਂ ਨਹੀਂ ਸੀ, ਹੁਣ ਆ, ਕਿਉਂਕਿ ਇੱਕ ਵਾਰ ਜਦੋਂ ਟਾਈਮ ਲੰਘ ਜਾਂਦਾ ਨਾ, ਫਿਰ ਜਿਵੇਂ ਬੰਦਾ ਕਹਿੰਦਾ ਜਿੱਤ ਹਾਸਲ ਕਰ ਲਈ, ਹੈ ਨਾ, ਵਿਕਟਰੀ ਹੋਈ, ਬਸ ਉਹ ਆ ਵੀ ਹੁਣ ਠੀਕ ਆ, ਹੁਣ ਸੋਚ ਕੇ ਹੁੰਦਾ, ਕਈ ਵਾਰ ਹੁੰਦਾ ਮਤਲਬ ਆਪਣੇ ਬਾਰੇ ਤਾਂ ਸੋਚ ਕੇ ਚਲੋ ਜ਼ਿਆਦਾ ਹੁੰਦਾ ਵੀ ਨਹੀਂ, ਘਰਦਿਆਂ ਬਾਰੇ ਸੋਚ ਕੇ ਜ਼ਿਆਦਾ ਹੁੰਦਾ, ਹੈ ਨਾ, ਵੀ ਫਿਰ ਜਦੋਂ ਓਪਰੇਸ਼ਨ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਉਹ ਪੁੱਛਦਾ ਹੁੰਦਾ ਸੀਗਾ ਨਾਲ ਦਿਨ, ਹੈ ਨਾ, ਵੀ ਮੇਰੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ, ਹੈ ਨਾ, ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ, ਵੀ ਜਦੋਂ ਹੋਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀਗਾ, ਉਹ ਸੋਚ ਕੇ ਥੋੜ੍ਹਾ ਬਹੁਤਾ ਕਦੇ ਕਦੇ ਇਮੋਸ਼ਨਲ ਹੋ ਜਾਂਦਾ, ਉਹਦਾ ਆਪਣੇ ਲਈ ਤਾਂ ਠੀਕ ਹੈ, ਵੱਡਾ ਓਪਰੇਟ ਸੀ ਨਾ, ਵੱਡੀ ਸਰਜਰੀ ਕਹਿ ਸਕਦੇ ਹਾਂ, ਪੇਟ ਦੇ ਨਾਲ ਰਿਲੇਟ ਕਰਦੀ ਆ, ਇੱਕ ਗਾਇਕ ਜਿਹੜਾ ਹੁੰਦਾ ਪੇਟ ਤੋਂ ਹੀ ਗਾਉਂਦਾ ਆਪਣਾ, ਕਿਤੇ ਨਾ ਕਿਤੇ ਆਪਣਾ ਜਿਹੜਾ ਕਰੀਅਰ ਤੁਹਾਨੂੰ ਉਸ ਟਾਈਮ ਦੇ ਕੋਈ ਖਤਰੇ 'ਚ ਲੱਗਾ? ਬਿਲਕੁਲ ਬਿਲਕੁਲ, ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਾ ਕਿ ਪਤਾ ਨਹੀਂ ਮੈਂ ਬਚਣਾ ਵੀ ਹੈ ਕਿ ਨਹੀਂ, ਹੈ ਨਾ, ਨਹੀਂ ਤੁਹਾਨੂੰ ਇਹ ਵੀ ਡਰ ਹੋ ਗਿਆ ਕਿ ਉਹਦਾ ਯਾਰ ਡਾਕਟਰ ਸਹੀ ਨਾ ਕਹਿ ਕਿ ਯਾਰ ਤੂੰ ਹੁਣ ਗਾ ਨਹੀਂ ਸਕਦਾ, ਜਾਂ ਤੂੰ ਗਾਣਾ ਜਾਂ ਗਾਉਣਾ ਬੰਦ ਕਰ ਤੇਰੇ ਲਈ ਖਤਰਨਾਕ ਹੋ ਸਕਦਾ, ਤਾਂ ਉਹ ਟਾਈਮ ਕੱਢਣਾ ਕਿੰਨਾ ਔਖਾ ਸੀ, ਕਿਉਂਕਿ ਇਹ ਤੁਹਾਡੀਆਂ ਰੂਟਸ ਬਣ ਚੁੱਕੀਆਂ ਹੁਣ ਸਿੰਗਿੰਗ। ਉਹ ਚੱਕਰ ਸੀਗਾ ਕਿ ਜਦੋਂ ਨਾ ਓਪਰੇਸ਼ਨ ਹੋ ਗਿਆ ਮੇਰਾ, ਹੈ ਨਾ, ਪਹਿਲਾ ਓਪਰੇਸ਼ਨ ਹੋਇਆ, ਇਹਦੇ ਦੋ ਓਪਰੇਸ਼ਨ ਹੁੰਦੇ ਨੇ, ਹੈ ਨਾ, ਜਦੋਂ ਪਹਿਲਾ ਓਪਰੇਸ਼ਨ ਮੇਰਾ ਹੋਇਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਸੈਂਟਰ 'ਚੋਂ ਪੂਰਾ ਉਹ ਕੀਤਾ ਸੀਗਾ, ਹੈ ਨਾ, ਕੱਟ ਲਾਇਆ ਸੀ ਪੂਰਾ, ਹੈ ਨਾ, ਅਤੇ ਉਹ ਢਿੱਡ 'ਚ ਨਾ ਬਿਲਕੁਲ ਵੀ ਜ਼ੋਰ ਨਹੀਂ ਸੀਗਾ, ਢਿੱਡ 'ਚ ਜਮ੍ਹਾਂ ਜ਼ੋਰ ਨਹੀਂ ਸੀਗਾ, ਅਤੇ ਉਹਨਾਂ ਨੇ ਉਹ ਜ਼ਖਮ ਵੀ ਕਾਫੀ ਦੇਰ ਖੁੱਲ੍ਹਾ ਰੱਖਿਆ, ਕਹਿੰਦੇ ਵੀ ਇੱਕੋ ਦਮ ਨਹੀਂ ਸਟਿੱਚ ਕਰ ਸਕਦੇ ਅਸੀਂ, ਵੀ 13-14 ਦਿਨ ਨਾ ਖੁੱਲ੍ਹਾ ਛੱਡ ਕੇ ਰੱਖਿਆ ਜ਼ਖਮ, ਹੈ ਨਾ, ਉੱਤੇ ਰੋਜ਼ ਉੱਤੇ ਉਹ ਲਾਉਂਦੇ ਸੀ ਸਲਾਈਨ ਵਗੈਰਾ, ਹੈ ਨਾ, ਡਰੈਸਿੰਗ ਹੁੰਦੀ ਸੀਗੀ ਰੋਜ਼, ਅਤੇ ਉਦੋਂ ਨਾ ਮੇਰਾ ਜਦੋਂ ਓਪਰੇਸ਼ਨ ਹੋਇਆ ਮੇਰਾ ਨਾ ਕਿਸੇ ਨੂੰ ਬੁਲਾਉਣ ਨੂੰ ਹੀ ਨਾ ਦਿਲ ਕਰੇ, ਮਤਲਬ ਆਵਾਜ਼ ਹੀ ਨਹੀਂ ਸੀ ਨਿਕਲਦੀ, ਮਤਲਬ ਕਿਉਂਕਿ ਉਹ ਢਿੱਡ 'ਚ ਪੂਰਾ ਜ਼ੋਰ ਸੀਗਾ ਨਾ, ਅਤੇ ਮੈਂ ਕਿਸੇ ਨੂੰ ਬੁਲਾਉਂਦਾ ਸੀਗਾ ਨਾ, ਇੰਨੀ ਜਿਹੀ ਆਵਾਜ਼ ਨਿਕਲਦੀ ਸੀ ਮੇਰੀ ਜਮ੍ਹਾਂ ਇੰਨੀ ਜੀ, ਮਤਲਬ ਜਿਹੜਾ ਮੁੰਡਾ ਸਟੇਜ 'ਤੇ ਵੱਡੀ ਜੇਕ ਲਾਉਂਦਾ, ਹੈ ਨਾ, ਉਹ ਸ਼ਬਦ ਨਿਕਲਦੇ ਬੋਲਣਾ, ਜਿਹੜਾ ਗਾਉਣਾ ਜਿਹਨੇ ਤੀਜੇ ਗਾਲੇ 'ਤੇ, ਫਿਰ ਜਦੋਂ ਉਹਨੇ ਕਿਸੇ ਨੂੰ ਬੁਲਾਉਣਾ ਉਹ ਵੀ ਨਾ ਆਵਾਜ਼ ਨਿਕਲਣੀ, ਫਿਰ ਉਦੋਂ ਮੈਨੂੰ ਲੱਗਿਆ, ਮੈਂ ਕਿਹਾ ਯਾਰ ਵੀ ਪਤਾ ਨਹੀਂ ਵੀ ਜਿਵੇਂ ਪਹਿਲਾਂ ਗਾਉਂਦਾ ਸੀ ਉਵੇਂ ਗਾ ਪਾਊਂਗਾ ਕਿ ਨਹੀਂ, ਇਹ ਤਾਂ ਸੀਗਾ ਵੀ ਚੱਲ ਗਾ ਤਾਂ ਲਊਂਗਾ ਹੀ, ਵੀ ਐਡੀ ਵੀ ਕੋਈ ਗੱਲ ਨਹੀਂ, ਪਰ ਐਂ ਸੀਗਾ ਵੀ ਜੋ ਜਿੰਨੇ ਜ਼ੋਰ ਨਾਲ ਪਹਿਲਾਂ ਗਾਉਂਦਾ ਸੀ, ਹੈ ਨਾ, ਜੋ ਪਹਿਲਾਂ ਸੀਗਾ ਵੀ ਉਹਨੇ ਜ਼ੋਰ ਨਾਲ ਕੰਪਰੋਮਾਈਜ਼ ਕਰਨਾ ਪਿਆ, ਵੀ ਸ਼ਾਇਦ ਕੰਪਰੋਮਾਈਜ਼ ਕਰਨਾ ਪੈ ਜਾਵੇ, ਅਤੇ ਉਦੋਂ ਫਿਰ ਕਿਸੇ ਨੂੰ ਬੁਲਾਉਣ ਨੂੰ ਦਿਲ ਨਹੀਂ ਸੀ ਕਰਦਾ, ਮੈਂ ਫਿਰ ਹੱਥਾਂ ਨਾਲ ਇਸ਼ਾਰਿਆਂ ਨਾਲ। ਇਸ ਪੂਰੇ ਟਾਈਮ ਦੇ ਵਿੱਚ ਜਿਹੜੀ ਹਿੰਮਤ ਦੇ ਕਾਰਨ ਸੀ, ਕੌਣ ਬਣਿਆ ਹਿੰਮਤ ਦੇ ਕਾਰਨ, ਕੌਣ ਸੀ ਤੁਹਾਡੀ ਹਿੰਮਤ ਦੇ, ਤੁਹਾਡੇ ਹੌਸਲੇ ਦੇ? ਹਿੰਮਤ ਇੱਦਾਂ ਸੀਗੀ ਵੀ ਮਤਲਬ ਕਹਿ ਸਕਦੇ ਮੇਰਾ ਪ੍ਰੋਫੈਸ਼ਨ ਹੀ ਮੇਰਾ ਹਿੰਮਤ ਸੀਗੀ, ਮਤਲਬ ਮੈਨੂੰ ਐਂ ਸੀਗਾ ਵੀ ਹਾਲੇ ਕੁਛ ਕੀਤਾ ਨਹੀਂ ਯਾਰ, ਵੀ ਹਾਲੇ ਕੁਛ ਨਹੀਂ ਕੀਤਾ, ਵੀ ਹਾਲੇ ਤਾਂ ਬਹੁਤ ਕੁਛ ਕਰਨਾ, ਵੀ ਇੰਨੀ ਛੇਤੀ ਨਹੀਂ ਜਾਣਾ। ਇੱਕ ਵਾਰੀ ਲੱਗਿਆ ਵੀ ਸ਼ਾਇਦ ਵੀ ਸੁਣਿਆ ਹੀ ਸੀਗਾ ਵੀ ਬੰਦਾ ਹੱਸਦਾ ਖੇਡਦਾ ਨਾ ਤੁਰ ਜਾਂਦਾ ਹੁੰਦਾ, ਹੈ ਨਾ, ਇਹ ਆਪਾਂ ਗੱਲਾਂ ਨਹੀਂ ਕਰਦੇ ਯਾਰ, ਵੀ ਬੰਦਾ ਉਹ ਸੀਗਾ ਵੀ ਹੱਸਦਾ ਖੇਡਦਾ ਹੀ ਤੁਰ ਗਿਆ, ਹੈ ਨਾ, ਵੀ ਚੰਗਾ ਭਲਾ ਸੀਗਾ ਵੀ ਇੱਕੋ ਦਮ ਹੀ, ਹੈ ਨਾ, ਕੰਮ। ਇੱਕ ਵਾਰੀ ਉਹ ਥੋਟ ਵੀ ਆਇਆ, ਪਰ ਫਿਰ ਜਦੋਂ ਥੋੜ੍ਹਾ ਜਿਹਾ ਸੰਭਾਲਿਆ, ਆਪਦੇ ਆਪ ਨਾਲ ਗੱਲ ਕੀਤੀ, ਹੈ ਨਾ, ਫਿਰ ਐਂ ਸੋਚਿਆ ਕਿ ਨਹੀਂ ਯਾਰ ਇੰਨੀ ਛੇਤੀ ਨਹੀਂ ਜਾਣਾ, ਵੀ ਹਾਲੇ ਕੰਮ ਪਏ ਆ ਬਥੇਰੇ ਕਰਨ ਵਾਲੇ, ਕਰਕੇ ਜਾਵਾਂਗੇ, ਇੰਨੀ ਛੇਤੀ ਨਹੀਂ ਜਾਣਾ। ਇਸ ਪੂਰੇ ਟਾਈਮ ਨੂੰ ਆਪਾਂ ਡੈਥ ਬੈੱਡ ਕਹਿ ਸਕਦੇ ਕਿ ਤੁਸੀਂ ਉਹਨੂੰ ਟੱਚ ਕਰਕੇ ਵਾਪਸ ਆਇਓ? ਬਿਲਕੁਲ ਬਿਲਕੁਲ, ਉਹ ਅਸਲ 'ਚ ਜਦੋਂ ਹੋਲ ਹੋ ਗਿਆ ਨਾ ਇੰਟਸਟਾਈਨ 'ਚ, ਅਤੇ ਉਹ ਸਾਰਾ ਸਟੂਲ ਵਿੱਚ ਗਿਰਨ ਲੱਗ ਗਿਆ, ਅਤੇ ਉਹ ਸਟੂਲ ਜਦੋਂ ਵਿੱਚ ਗਿਰਨ ਲੱਗ ਗਿਆ ਨਾ, ਅਤੇ ਉਹਦੀ ਬਣ ਗਈ ਇਨਫੈਕਸ਼ਨ ਸਾਰੇ ਪਾਸੇ, ਸਾਰਾ ਇੰਟਸਟਾਈਨ, ਪੂਰਾ ਇੰਟਸਟਾਈਨ ਇਨਫੈਕਟਡ ਹੋ ਗਿਆ ਸੀਗਾ, ਹੈ ਨਾ, ਅਤੇ ਉਹ 500 ml ਇਨਫੈਕਸ਼ਨ ਸੀਗੀ, ਅੱਧਾ ਲੀਟਰ ਉਹਨਾਂ ਨੇ ਇਨਫੈਕਸ਼ਨ ਕੱਢੀ ਹੈ ਸੱਕ ਕਰਕੇ, ਹੈ ਨਾ, ਕੋਈ ਇੰਸਟਰੂਮੈਂਟ ਵਗੈਰਾ ਹੁੰਦੇ ਆ ਮੈਨੂੰ ਤਾਂ ਪਤਾ ਨਹੀਂ, ਅਤੇ ਉਹ ਇੱਦਾਂ ਸੀਗਾ, ਉਹ ਕਹਿੰਦੇ ਵੀ ਇਹ ਮਤਲਬ ਸ਼ੁਕਰ ਮਨਾਓ ਤੁਸੀਂ ਵੀ ਇਹ ਸਾਰਾ ਕੁਛ ਢਿੱਡ ਦੀ ਕੈਵਿਟੀ 'ਚ ਹੀ ਸੀਗਾ, ਕਿਉਂਕਿ ਇਹ
जे ये किडनी वाल जाना सी तां किडनी डैमेज, जिथे जिथे इनफेक्शन जानी सी ओ सारा एरिया डैमेज होना शुरू हो जाना सी, फिर तां रह ही जाना सी। इंसान खुद अपने हौसले नाल हिम्मत नाल बड़ा कुछ अचीव कर जांदा, पर इस वक्त दे विच जिहड़ा घर जांदा मेंटली ते इमोशनली स्ट्रोंग होना ना बड़ा जरूरी होंदा। तां जो तुसीं उन्हां बारे सोचदे सीगे जां जो ठीक हो के पहलां घर आए, है ना, सब तो पहला थोड़ी वीडियो भी देखी गाने दे विच घर दे आके ज़्यादा इमोशनल हो जांदे आ, तां ਉਹ ਸਮਾਂ ਕਿਵੇਂ ਦਾ ਸੀਗਾ, ਹੈ ਨਾ, ਕਿ ਚਲੋ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਹੋਊਗੀ, ਪਰ ਮੈਨੂੰ ਲੱਗਦਾ ਕਿ ਜਿੰਨੇ ਦੇਰ ਤੁਸੀਂ ਅੰਦਰ ਰਹੇ ਹੋਵੋਗੇ ਹੋਸਟਲ ਦੇ ਵਿੱਚ ਉਹਨਾਂ ਨੇ ਸਮਾਂ ਬੜਾ ਔਖਾ ਕੱਢਿਆ ਹੋਊਗਾ ਵਾਲਾ। ਮੇਰਾ ਮਤਲਬ ਸ਼ੁਰੂ ਤੋਂ ਮੈਨੂੰ ਇੱਦਾਂ ਹੁੰਦਾ, ਮੈਂ ਘਰਦਿਆਂ ਨੂੰ ਨਾ ਕੋਈ ਟੈਨਸ਼ਨ ਨਹੀਂ ਦੇਣਾ ਚਾਹੁੰਦਾ। ਤੁਸੀਂ ਜ਼ਿਆਦਾ ਕਲੋਜ਼ ਕਿਹਦੇ, ਫਾਦਰ ਸਾਹਿਬ ਦੇ ਕਿ ਮਦਰ ਦੇ? ਦੋਨਾਂ ਦੇ ਹਾਂ, ਮੈਂ ਡਿਸਾਈਡ ਹੀ ਨਹੀਂ ਕਰ ਸਕਦਾ ਇੱਕ। ਮਤਲਬ ਮੰਮੀ ਨਾਲ ਮੇਰੀ ਥੋੜ੍ਹੀ ਜਿਹੀ ਅੱਡ ਅਟੈਚਮੈਂਟ ਆ ਨਾ, ਅਤੇ ਡੈਡੀ ਨਾਲ ਥੋੜ੍ਹੀ ਅੱਡ ਆ। ਡੈਡੀ ਨਾਲ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਕੀ ਅਟੈਚਮੈਂਟ ਹੁੰਦੀ ਹੈ। ਮੰਮੀ ਨਾਲ ਇੱਦਾਂ ਆ ਕਿ ਕਈ ਵਾਰੀ ਮੰਮੀ ਨਾਲ ਉੱਦਾਂ ਹੀ ਨਾ ਜਾ ਕੇ ਬਸ ਵੀ ਅੱਧਾ ਪੌਣਾ ਘੰਟਾ ਉੱਦਾਂ ਹੀ ਬੈਠੇ ਇਹਦਾ ਵੀ ਮੰਮੀ ਦੇ ਦਿਲ 'ਚ ਕੀ ਆ, ਕਹਿੰਦੇ ਗੱਲਾਂ ਇਕੱਠੀਆਂ ਹੋਈਆਂ ਹੁੰਦੀਆਂ ਨਾ, ਅਤੇ ਅੱਧੇ ਪੌਣੇ ਘੰਟੇ 'ਚ ਆਪਦੀਆਂ ਸਾਰੀਆਂ ਗੱਲਾਂ ਕੱਢ ਲੈਂਦੇ ਹਾਂ, ਫਿਰ ਮਤਲਬ ਫਿਰ ਮੈਂ ਚਲੇ ਜਾਂਦਾ ਵੀ ਚਲੋ ਤੁਹਾਡਾ ਹੋ ਗਿਆ, ਵੀ ਤੁਹਾਡੇ ਦਿਲ 'ਚ ਤੁਹਾਨੂੰ ਵੀ ਚਾਹੀਦਾ ਸੀ ਕੋਈ ਸੁਣਨ ਵਾਲਾ, ਹੈ ਨਾ, ਅਤੇ ਮੈਂ ਸੁਣ ਕੇ ਆ ਜਾਂਦਾ ਹਾਂ। ਡੈਡੀ ਫਿਰ ਡੈਡੀ ਆ। ਅੱਛਾ, ਜਦੋਂ ਠੀਕ ਹੋ ਕੇ ਤੁਸੀਂ ਵਾਪਸ ਆਏ ਘਰ, ਠੀਕ ਰਿਕਵਰ ਹੋ ਗਏ, ਪਹਿਲੀ ਫਿਰ ਮੈਚ ਕਿੰਨੇ ਕੀਤੀ ਕਿ ਡੈਵੀ ਚੱਲ ਥੋੜ੍ਹਾ ਕੁਛ ਗਾਲਾ ਹੁਣ ਗਾ ਸਕਦਾ? ਮੈਂ ਠੀਕ ਹੋ ਕੇ ਨਹੀਂ, ਮੈਨੂੰ ਤਾਂ ਹੋਸਪਿਟਲ 'ਚ ਹੀ ਕਰਨ ਲੱਗ ਗਿਆ ਸੀ। ਹੋਸਪਿਟਲ 'ਚ ਫਿਰ ਮੈਚ ਕੀਤੀ ਗਿਆ? ਮੈਨੂੰ ਹੋਸਪਿਟਲ 'ਚ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਨਾ ਵੀ ਇੱਦਾਂ ਸਿੰਗਰ ਆ, ਅਤੇ ਉਹ ਮੈਨੂੰ ਹੋਸਪਿਟਲ 'ਚ ਹੀ ਕਰਨ ਲੱਗ ਗਏ ਸੀ ਫਰਮੈਸ਼ਨ ਵੀ ਚੱਲ ਗਾ। ਉੱਥੇ ਹੀ ਗਾ ਲਏ ਮਾੜਾ, ਉੱਥੇ ਗਾਇਆ ਨਹੀਂ ਗਿਆ, ਉੱਥੇ ਨਹੀਂ, ਬਿਲਕੁਲ ਵੀ ਹੋਸਪਿਟਲ ਨਹੀਂ ਗਾਇਆ ਗਿਆ। ਘਰੇ ਆ ਕੇ ਇੱਦਾਂ ਕਿਸੇ ਨੇ ਫਰਮੈਸ਼ ਨਹੀਂ ਕੀਤੀ, ਪਰ ਜਦੋਂ ਮੈਨੂੰ ਟਾਈਮ ਮਿਲਣਾ ਨਾ, ਮੈਂ ਥੋੜ੍ਹਾ ਥੋੜ੍ਹਾ ਗਾ ਕੇ ਦੇਖਣਾ ਵੀ ਥੋੜ੍ਹਾ ਜਿਹਾ ਗਾ ਕੇ ਦੇਖੀ ਵੀ ਚੱਲ ਵੀ ਪਹਿਲਾਂ ਮਿੱਠੇ ਮਿੱਠੇ ਗਾਣੇ ਨਾਲ ਸ਼ੁਰੂ ਕਰਦੇ ਆ ਨਾ, ਵੀ ਜਿਹੜੇ ਰੋਮਾਂਟਿਕ ਜੋ ਹੋ ਜਿਹਨੇ ਜ਼ਿਆਦਾ ਜ਼ੋਰ ਨਹੀਂ ਲੱਗਣਾ। ਸਾਥੀ ਬਣਿਆ ਰਿਹਾ ਉਸ ਟਾਈਮ ਦੇ ਵਿੱਚ? ਉਸ ਟਾਈਮ 'ਚ ਮੈਂ ਉਹਦਾ ਸੁਣਦਾ ਸੀਗਾ, ਮਤਲਬ ਗਾਣਾ ਉਹ ਕਾਫੀ ਉਹ ਆ, ਡਾਊਨ ਜਿਹਾ ਕਰਨ ਵਾਲਾ, ਪਰ ਮੈਨੂੰ ਡਾਊਨ ਨਹੀਂ ਕੀਤਾ ਹੈਗਾ। ਤਨ ਬਡਵਾਲ ਦਾ ਸੀਗਾ ਉਹ ਆਪਣਾ ਰੁੱਖਾਂ ਦੇ ਟਾਣੇ, ਹਾਂ ਉਹ ਮੈਂ ਮਿੱਠਾ ਮਿੱਠਾ ਗਾ ਕੇ ਦੇਖਣਾ ਨਾ ਵੀ ਹਾਂ ਚਲੋ ਇਹ ਤਾਂ ਗਾਇਆ ਜਾ ਰਿਹਾ ਮੈਥੋਂ, ਵੀ ਹੋਰ ਨਹੀਂ ਮੈਂ ਇਹ ਤਾਂ ਗਾ ਲੂੰਗਾ। ਕੋਈ ਆਪਣਾ ਹੀ ਗਾਣਾ ਜਿਹੜਾ ਬੂਸਟ ਅਪ ਕਰਦਾ ਹੋਵੇ? ਆਪਣਾ ਗਾਣਾ ਬੂਸਟ ਅਪ ਕਰਨ ਵਾਲੇ ਹੈਗੇ ਨਹੀਂ। ਅੱਛਾ, ਇਹ ਐਡਮਿਟ ਕਰ ਲੈਂਦੇ ਹੋ ਸਾਰਾ, ਵਧੀਆ ਗੱਲ ਆ। ਹਾਂ ਆਪਣੇ ਗਾਣੇ ਵਧੀਆ ਫੰਕਸ਼ਨ ਵਾਲੇ ਆ ਬਸ। ਤਨ ਬਦਵਾਲਾ ਦੇ ਗਾਣੇ ਬੜੇ ਸੋਹਣੇ ਹੁੰਦੇ ਨੇ, ਮੁੰਡਾ ਚਲੋ ਕਲਿੱਕ ਚਾਹੀਦਾ ਉਸ ਮੁੰਡੇ ਨੂੰ ਵੀ, ਪਰ ਗਾਣੇ ਦੇ ਬੋਲ ਬੜੇ ਸੋਹਣੇ ਹੁੰਦੇ, ਆਵਾਜ਼ ਬਹੁਤ ਸੋਹਣੀ, ਕੁਛ ਸ਼ਬਦ ਹੋ ਜਾਣ ਉਸ ਗਾਣੇ ਦੇ। ਰੁੱਖਾਂ ਦੇ ਟਾਣੇ, ਇੱਕ ਜਾਦੂ ਟੋਣਾ ਸੁਣਾਉਣਾ, ਉਹ ਵੀ ਮੇਰਾ ਬਹੁਤ। ਹਾਂ ਅਸੀਂ ਦਿਲ ਵੀ ਟਾਂਕਾ ਸਾੜ ਸਾੜ ਕੇ ਸੀਤਾ ਹਣ ਦੀਏ, ਕੱਲ ਕੀ ਦੇ ਤੇ ਜਾਦੂ ਟੂਣਾ ਕੀਤਾ ਹਣ ਦੀਏ, ਕੱਲ ਕੀ ਦੇ ਤੇ ਜਾਦੂ ਟੂਣਾ ਕੀਤਾ ਹਣ ਦੀਏ। ਕਿਆ ਬਾਤ, ਜਿਹੜੀ ਆ ਤਿੱਕੜੀ ਆ ਲੈਂਡਰ ਸੀ, ਪਤਾ ਕਿਹਦੇ ਵਿੱਚ ਤਿੰਨ ਜਾਣੇ ਨੇ, ਸੁੱਖ ਬਾਈ ਆ, ਗੁਰੀ ਬਾਈ ਆ, ਡੈਵੀ ਬਾਈ ਆ, ਹੈ ਨਾ, ਜਦੋਂ ਪਹਿਲਾਂ ਰਿਵੀਲ ਨਹੀਂ ਕੀਤਾ ਗਿਆ ਕਿ ਡੈਵੀ ਨਾਲ ਕੀ ਹੋ ਰਿਹਾ, ਡੈਵੀ ਕਿੱਥੇ ਆ, ਕਿਉਂਕਿ ਮੋਸਟਲੀ ਸੁੱਖ ਬਾਈ ਸਨੈਪਚੈਟ ਦੇ ਉੱਪਰ ਤਿੰਨੋਂ ਇਕੱਠੇ ਹੁੰਦੇ ਸੀਗੇ, ਹੈ ਨਾ, ਲੋਕਾਂ ਦੇ ਬੜੇ ਜ਼ਿਆਦਾ ਮੈਨੂੰ ਲੱਗਦਾ ਰਿਸਪੋਂਸ ਭਰ ਗਿਆ ਹੋਣਾ, ਕਮੈਂਟਸ ਭਰ ਗਿਆ ਨਾ ਕਿ ਡੈਵੀ ਕਿੱਥੇ ਆ, ਕਿ ਤੁਸੀਂ ਡੈਵੀ ਤੋਂ ਅਲੱਗ ਹੋ ਗਏ, ਹੈ ਨਾ, ਜਾਂ ਡੈਵੀ ਨੂੰ ਛੱਡਤਾ, ਡੈਵੀ ਕਿੱਥੇ ਗਾਇਬ ਹੋ ਗਿਆ, ਹੈ ਨਾ, ਤੁਸੀਂ ਅਲੱਗ ਹੋ ਗਏ, ਜਾਂ ਦ ਲੈਂਡਰ ਟੀਮ ਟੁੱਟ ਗਈ, ਇੱਦਾਂ ਸਾਰੇ ਰਿਐਕਸ਼ਨ ਭਰੇ ਸੀ ਕਿ ਜਿਹਨੂੰ ਦੱਸਣਾ ਕਿ ਜਵਾਬ ਦੇਵਾਂਗੇ, ਪਰ ਸਬਰ ਦਾ ਘੁੱਟ ਭਰਨਾ ਪੀਣਾ ਪੈ ਰਿਹਾ ਸੀਗਾ। ਉਹ ਉਹੀ ਆ, ਮਤਲਬ ਜਿੱਦਾਂ ਸਟਾਰਟਿੰਗ ਜਿੱਦਾਂ 10-15 ਦਿਨ ਦੇ ਜਦੋਂ ਮਿਸ ਹੋਇਆ ਨਾ, ਤੇ ਕਿਉਂਕਿ ਆਲਮੋਸਟ 3-4 ਮਹੀਨੇ ਤੁਸੀਂ ਮਿਸ ਰਹੇ। ਹਾਂ 3-4 ਮਹੀਨੇ ਮਿਸ ਰਹੇ, ਤੇ ਸਟਾਰਟਿੰਗ ਡੇਸ 'ਚ ਪਹਿਲਾਂ ਤਾਂ ਚਲੋ ਸੀਗੇ ਹੀ ਅਸੀਂ ਹੋਸਪਿਟਲ, ਕਾਫੀ ਉਹ ਸੀਗੇ ਤਾਂ ਉੱਥੇ ਤਾਂ ਕਿਸੇ ਨੇ ਕੀ ਸਨੈਪਸ ਨੂੰ ਕੁਛ ਪਾਉਣੀ ਸੀ ਨਾ, ਉਹ ਤਾਂ ਅਸੀਂ ਸਾਰੇ ਟੈਨਸ਼ਨ 'ਚ ਹੀ ਵਾਲੇ ਸੀਗੇ, ਹੈ ਨਾ, ਉਦੋਂ ਅਸੀਂ ਸੋਸ਼ਲ ਮੀਡੀਆ ਇੰਨਾ ਯੂਜ਼ ਹੀ ਨਹੀਂ ਕੀਤਾ, ਹੈ ਨਾ, ਫਿਰ ਜਦੋਂ ਥੋੜ੍ਹਾ ਜਿਹਾ ਟਰੈਕ 'ਤੇ ਆਇਆ ਕੰਮ ਨਾ, ਫਿਰ ਲੋਕਾਂ ਦੇ ਮੈਸੇਜ ਆਉਣ ਲੱਗ ਗਿਆ ਨਾ ਵੀ ਇੱਦਾਂ ਇੱਦਾਂ, ਫਿਰ ਇਹ ਸੋਚਿਆ ਵੀ ਇੱਦਾਂ ਇੱਕ ਇੱਕ ਨੂੰ ਦੱਸਾਂਗੇ ਤਾਂ ਕੰਮ ਖਰਾਬ ਹੋ ਜਾਊਗਾ, ਹੈ ਨਾ, ਵੀ ਦੱਸ ਨਹੀਂ ਆਉਣਾ ਚੰਗੀ ਤਰ੍ਹਾਂ ਨਾ, ਫਿਰ ਅਸੀਂ ਸੋਚਿਆ, ਉਦੋਂ ਹੀ ਸੋਚਿਆ ਸੀਗਾ ਵੀ ਉਹ ਟਾਈਮ ਕੱਢਣਾ ਔਖਾ ਸੀਗਾ ਕਿ ਯਾਰ ਲੋਕਾਂ ਨੂੰ ਗਲਤ ਲੱਗੀ ਜਾਂਦਾ, ਇੱਦਾਂ ਦਾ ਕੁਛ ਹੈ ਨਹੀਂ ਉਹ ਕੋਈ ਚੱਕਰ ਨਹੀਂ, ਉਹ ਤਾਂ ਜਦੋਂ ਲੋਕਾਂ ਮੂਹਰੇ ਆਉਂਦੀ ਆ ਵੀ ਚੀਜ਼ ਅੱਛਾ ਇਹਦੇ ਕਰਕੇ ਗਾਇਬ ਸੀਗਾ, ਉਹ ਸਾਰਾ ਠੀਕ ਹੋ ਜਾਂਦਾ। ਇੱਕ ਵਾਰੀ ਸੋਚਦੇ ਆ ਵੀ ਸ਼ਾਇਦ ਉਹ ਵੱਖ ਹੋ ਗਿਆ, ਹੈ ਨਾ, ਵੀ ਸ਼ਾਇਦ ਉਹ ਵੀ ਉਹ ਆਪਣਾ ਵੱਖ ਕੰਮ ਕਰਨ ਲੱਗਿਆ, ਇਹ ਦੋਨੋਂ ਜਣੇ ਇਕੱਠੇ ਹੁੰਦੇ ਆ, ਉਹ ਦਿਸਦਾ ਨਹੀਂ, ਹੈ ਨਾ, ਪਰ ਠੀਕ ਆ, ਕੋਈ ਚੱਕਰ ਨਹੀਂ, ਥੋੜ੍ਹੇ ਟਾਈਮ ਬਾਅਦ ਕਲੀਅਰ ਹੋ ਜਾਂਦਾ। ਅਸੀਂ ਆਸ ਕਰਦੇ ਹਾਂ ਕਿ ਗੁਰੂ ਮਹਾਰਾਜ ਮਾੜਾ ਵਕਤ ਕਿਸੇ ਨੂੰ ਨਾ ਦਿਖਾਵੇ, ਹੈ ਨਾ, ਜਦੋਂ ਮਾੜਾ ਵਕਤ ਆਉਂਦਾ ਇਨਸਾਨ ਦੇ ਉੱਪਰ ਜਿਹੜੇ ਉਹਦੇ ਕਰੀਬੀ ਹੁੰਦੇ ਨੇ, ਹਾਂਜੀ, ਉਸ ਬੰਦੇ ਨੂੰ ਉਹਨਾਂ ਦਾ ਇੱਕ ਅਲੱਗ ਰੂਪ ਦੇਖਣ ਨੂੰ ਮਿਲਦਾ ਜਿਹੜੇ ਉਹਨੇ ਦੇਖਿਆ ਨਹੀਂ ਹੁੰਦਾ, ਕਿ ਯਾਰ ਇਹ ਬੰਦਾ ਮੇਰੇ ਲਈ ਇਹ ਵੀ ਕਰ ਸਕਦਾ, ਇਹ ਇੱਦਾਂ ਵੀ ਹੋ ਸਕਦਾ, ਕਿਉਂਕਿ ਉਹ ਉਦੋਂ ਪਰਖੇ ਜਾਂਦੇ ਜਦੋਂ ਉਹਨਾਂ ਦਾ ਦੌਰ ਆਉਂਦਾ ਜਾਂ ਕੋਈ ਉਹਨਾਂ ਦਾ ਵਕਤ ਆਉਂਦਾ। ਸੁੱਖ ਬਾਈ ਹੁਣਾਂ ਦੀ, ਗੁਰੀ ਬਾਈ ਹੁਣਾਂ ਦੀ, ਕਿਹੜੀ ਤੁਸੀਂ ਇੱਕ ਚੀਜ਼ ਕਲਿੱਕ ਕੀਤੀ ਕਿ ਯਾਰ ਇਹ ਇਸ ਟਾਈਮ ਦੇ ਵਿੱਚ ਇਹਨਾਂ ਨੇ ਇੱਦਾਂ ਮੇਰੇ ਨਾਲ ਖੜੇ ਅਤੇ ਆਹ ਚੀਜ਼ਾਂ ਵੀ ਕੀਤੀਆਂ ਨੇ ਇਹਨਾਂ ਨੇ ਮੇਰੇ ਲਈ?
ਜਿਹੜੀ ਪਹਿਲਾਂ ਕਦੀ ਨਹੀਂ ਸੀ ਅਬਜ਼ਰਵ ਕੀਤੀਆਂ ਹੁਣ ਤੁਸੀਂ ਹੁਣ ਕੀ ਦੱਸਾਂ ਮੈਂ ਮਤਲਬ ਸ਼ਾਇਦ ਦੱਸ ਵੀ ਨਹੀਂ ਸਕਦਾ ਮੈਂ ਬਟ ਸੀਗੀਆਂ ਦੋ ਤਿੰਨ ਚੀਜ਼ਾਂ ਉਹਨਾਂ ਨੇ ਇੱਦਾਂ ਦੀਆਂ ਕੀਤੀਆਂ ਨੇ ਵੀ ਸ਼ਾਇਦ ਉਹ ਬੰਦਾ ਕਿਸੇ ਲਈ ਵੀ ਨਹੀਂ ਕਰਦਾ ਮੈਂ ਦੱਸ ਨਹੀਂ ਸਕਦਾ ਬਸ ਮਤਲਬ ਵੀ ਉਹਨਾਂ ਨੇ ਚਲੋ ਮੇਰਾ ਢਿੱਡ ਖਰਾਬ ਸੀ ਹੈ ਨਾ ਮੇਰਾ ਸਾਰਾ ਸਟੂਲ ਵਾਲਾ ਮਾਮਲਾ ਸਾਰਾ ਅਪਸੈਟ ਸੀਗਾ ਹੈ ਨਾ ਅਤੇ ਉਹਨਾਂ ਨੇ ਮੇਰਾ ਸਟੂਲ ਤੱਕ ਸਾਫ਼ ਕੀਤਾ ਹੈ ਹਾਂ ਮਤਲਬ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੈ ਕਿਉਂਕਿ ਜੋ ਇਸ ਸਟੇਜ ਦੇ ਵਿੱਚ ਵੀਰੇ ਕੋਈ ਜਿਹੜਾ ਨੇੜੇ ਵਾਲਾ ਬੰਦਾ ਮੈਂ ਕਹਿੰਦਾ ਪਰਿਵਾਰਿਕ ਲੋਕ ਵੀ ਕਿਸੇ ਦੇ ਨੇੜੇ ਨਹੀਂ ਆਉਂਦੇ ਹੈ ਨਾ ਬਿਲਕੁਲ ਅਤੇ ਬਜ਼ੁਰਗ ਹਾਂ ਭਰਾਵਾਂ ਵਰਗੇ ਦੋਸਤ ਨਾਲ ਖੜੇ ਹੋਣ ਅਤੇ ਉਹਨਾਂ ਨਾਲ ਸਮਾਂ ਖੰਡਾਇਆ ਅਤੇ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਇੱਕ ਮਾਰਕਾ ਮਾਰ ਲਿਆ ਕਿ ਚੱਲ ਇਹੋ ਜਿਹੇ ਯਾਰ ਕਮਾ ਲਏ ਯਾਰ ਹੈ ਨਾ ਬਿਲਕੁਲ ਭਰਾ ਵਰਗੇ ਯਾਰ ਕਮਾ ਲਏ ਬਹੁਤ ਮੈਨੂੰ ਸਾਰੀ ਨੀਂਦ ਨਹੀਂ ਸੀ ਆਉਂਦੀ ਵਧੀਆ ਉਹ ਤਾਂ ਚਲੋ ਆਉਣੀ ਕੀ ਸੀਗੀ ਤਾਂ ਉੱਦਾਂ ਸਾਰੀ ਰਾਤ ਜਾਗਦੇ ਰਹਿਣਾ ਹੈ ਨਾ ਮੇਰੇ ਨਾਲ ਕਦੇ ਕਹਿਣਾ ਵੀ ਚੱਲ ਤੇਰੇ ਹੱਥ ਦਵਾ ਦਈਏ ਤੇਰੇ ਪੈਰ ਦਵਾ ਦਈਏ ਹੈ ਨਾ ਵੀ ਮੈਨੂੰ ਏਸੀ 'ਚ ਵੀ ਗਰਮੀ ਲੱਗਦੀ ਰਹਿੰਦੀ ਸੀਗੀ ਫਿਰ ਇਮੋਸ਼ਨਲ ਨਹੀਂ ਹੋਣਾ ਆਪਾਂ ਕਿਉਂਕਿ ਬਹੁਤ ਹਿੰਮਤ ਨਾਲ ਸੀ ਇਹ ਜੰਗ ਦਿੱਤੀ ਹੈ ਨਹੀਂ ਤੇ ਆਪਣਾ ਏਸੀ 'ਚ ਪਏ ਵੀ ਮੈਨੂੰ ਗਰਮੀ ਲੱਗਦੀ ਰਹਿੰਦੀ ਸੀਗੀ ਅਤੇ ਸਾਰੀ ਸਾਰੀ ਰਾਤ ਮੈਨੂੰ ਏਸੀ 'ਚ ਪੱਖੀਆਂ 'ਚ ਹੁੰਦੀਆਂ ਆਹ ਫਿਰ ਉਹਨੂੰ ਠੰਡ ਲੱਗੀਆਂ ਨੇ ਵੀ ਇੰਨੀ ਜ਼ਿਆਦਾ ਠੰਡ ਆ ਹੈ ਨਾ ਵੀ ਇਹਨਾਂ ਨੂੰ ਤਾਂ ਠੰਡ ਲੱਗੀ ਜਾਣੀ ਤਾਂ ਮੈਨੂੰ ਇਹਨਾਂ ਨੇ ਪੱਖੀਆਂ 'ਚ ਲੈ ਜਾਣੇ ਆ ਮਤਲਬ ਬਹੁਤ ਕੁਛ ਆ ਮੈਂ ਜੇ ਦੱਸਣ ਲੱਗ ਜਾਂ ਤਾਂ 3 ਮਹੀਨੇ ਦੀ ਜਰਨੀ ਆ 3-4 ਮਹੀਨੇ ਦੀ ਹੈ ਨਾ ਜੇ ਮੈਂ ਦੱਸਣ ਲੱਗ ਜਾਂ ਇੰਟਰਵਿਊ ਛੋਟਾ ਪੈ ਜਾਊਗਾ ਜੇ ਮੈਂ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂ ਵੀ ਹਾਂ ਇੱਦਾਂ ਹੋ ਗਿਆ ਸੀਗਾ ਇੱਦਾਂ ਹੋਇਆ ਸੀਗਾ ਕੁਛ ਮੋਟੀਆਂ ਮੋਟੀਆਂ ਗੱਲਾਂ ਹੀ ਆਪਾਂ ਕਰ ਸਕਦੇ ਹਾਂ ਜ਼ਿਆਦਾ ਡਿਟੇਲ 'ਚ ਤਾਂ ਜਾ ਵੀ ਨਹੀਂ ਸਕਦਾ ਨੈਗੇਟਿਵ ਥੋਟ ਵੀ ਆਉਂਦੇ ਸੀ ਇਸ ਪੂਰੇ ਟਾਈਮ ਦੇ ਵਿੱਚ ਸਟਾਰਟਿੰਗ 'ਚ ਆਏ ਬਸ ਮੈਨੂੰ ਜਿੱਦਾਂ ਸਟਾਰਟਿੰਗ 'ਚ ਇੱਦਾਂ ਹੋਇਆ ਨਾ ਵੀ ਸ਼ਾਇਦ ਮੈਂ ਦੱਸਿਆ ਸੀਗਾ ਜਦੋਂ ਆਪਰੇਸ਼ਨ ਹੋਣਾ ਸੀਗਾ ਵੀ ਉਦੋਂ ਮੈਨੂੰ ਲੱਗਿਆ ਵੀ ਸ਼ਾਇਦ ਯਾਰ ਵੀ ਸ਼ਾਇਦ ਬਚਣਾ ਨੀਗਾ ਹੈ ਨਾ ਉਹ ਤੋਂ ਬਾਅਦ ਵੀ ਹੁੰਦਾ ਸੀਗਾ ਅਸਲ 'ਚ ਨਾ 2-2.5 ਮਹੀਨੇ ਨਾ ਮੇਰੀ ਜਿਹੜੀ ਸਮਾਲ ਇੰਟਸਟਾਈਨ ਸੀਗੀ ਨਾ ਉਹ ਇੱਕ ਪਾਸੋਂ ਨਾ ਹੋਲ ਕਰਕੇ ਨਾ ਪੂਰਾ ਉਹ ਬਾਹਰ ਕੱਢ ਕੇ ਨਾ ਸਟਿਚ ਕੀਤੀ ਹੋਈ ਸੀਗੀ ਇੰਟਸਟਾਈਨ ਹੈ ਨਾ ਅਤੇ ਉਹਦੇ ਬਾਹਰ ਪੈਕਟ ਲੱਗਦਾ ਸੀਗਾ ਪੂਰਾ ਸਾਰਾ ਸਟੂਲ ਉਹਦੇ 'ਚ ਕਲੈਕਟ ਹੁੰਦਾ ਸੀਗਾ ਹੈ ਨਾ ਅਤੇ ਉਹ ਬਾਹਲਾ ਔਖਾ ਸੀਗਾ ਮਤਲਬ ਹਰ ਦੂਜੇ ਤੀਜੇ ਦਿਨ ਨਾ ਉਹ ਕਿਉਂਕਿ ਨਰੋਈ ਗੱਲ ਨਹੀਂ ਨਾ ਰਹਿੰਦੀ ਉਹ ਕੁਛ ਆਰਟੀਫਿਸ਼ਲ ਤੁਹਾਡੇ ਨਾਲ ਕੁਛ ਕੀਤਾ ਹੋਇਆ ਨਾ ਜੋ ਬੰਦਾ ਨੈਚੁਰਲ ਆ ਉਹ ਗੱਲ ਨਹੀਂ ਰਹਿੰਦੀ ਤਾਂ ਉਹ ਹਰ ਦੂਜੇ ਤੀਜੇ ਦਿਨ ਨਾ ਮੇਰਾ ਕਦੇ ਇੰਨਾ ਜ਼ਿਆਦਾ ਢਿੱਡ ਦੁੱਖਣਾ ਕਿ ਮੈਂ 2-3 ਵਜੇ ਤਾਂ ਐਮਰਜੈਂਸੀ ਗਿਆ ਹਾਂ ਉੱਠ ਕੇ ਰਾਤ ਨੂੰ ਨਾ ਵੀ 3 ਵਜੇ ਉੱਠ ਕੇ ਰਾਤ ਨੂੰ ਐਮਰਜੈਂਸੀ ਤੁਰ ਪਏ ਹੈ ਨਾ ਕਿਉਂਕਿ ਢਿੱਡ ਇੰਨਾ ਜ਼ਿਆਦਾ ਦੁੱਖਣ ਲੱਗ ਜਾਂਦੀ ਸੀ ਉਹ ਕਿਉਂਕਿ ਕਈ ਵਾਰ ਬਲੋਕੇਜ ਹੋ ਜਾਂਦੀ ਸੀ ਸਮਾਲ ਇੰਟਸਟਾਈਨ 'ਚ ਕਈ ਵਾਰ ਗੈਸ ਦੀ ਪ੍ਰੋਬਲਮ ਹੋ ਜਾਂਦੀ ਸੀਗੀ ਤਾਂ ਉਹ ਰਾਤਾਂ ਨੂੰ ਕਦੇ ਵੀ ਮਤਲਬ ਕਦੇ ਵੀ ਉੱਠ ਕੇ ਭੱਜਣਾ ਕਦੇ ਵੀ ਫੋਨ ਕਰਨਾ ਵੀ ਆ ਜਾਓ ਯਾਰ ਚੱਲੀਏ ਮੈਂ ਠੀਕ ਨਹੀਂ ਗਾ ਹੈ ਨਾ ਵੀ ਗੱਲ ਬਣਨੀ ਨਹੀਂ ਅਤੇ ਫਿਰ ਜਾ ਕੇ ਉੱਥੇ ਫਿਰ ਉਹਨਾਂ ਨੇ ਫਿਰ ਇੰਜੈਕਸ਼ਨ ਲਾਉਣੇ ਇਹ ਵੋ ਪੁਰਾਣਾ ਸਭ ਕੁਛ ਅਤੇ ਉਦੋਂ ਐਂ ਹੁੰਦਾ ਸੀਗਾ ਵੀ ਯਾਰ ਵੀ ਸ਼ਾਇਦ ਕਦੇ ਜਿੰਨਾ ਨੋਰਮਲ ਸੀਗਾ ਪਹਿਲਾਂ ਹੈ ਨਾ ਵੀ ਓਨਾ ਨੋਰਮਲ ਕਦੇ ਹੋ ਸਕਦਾ ਵੀ ਜਿੰਨਾ ਚਲੋ ਵਰਕਆਊਟ ਵਗੈਰਾ ਕਰੀਦਾ ਸੀਗਾ ਹੈ ਨਾ ਜਿੰਨਾ ਖੇਲ ਕੁੱਦ ਜਾਂ ਜਿੰਨਾ ਐਨਰਜੀ ਸੀਗੀ ਵੀ ਓਨੀ ਕਦੇ ਵਾਪਸ ਆ ਸਕਦੀ ਆ ਕਿ ਯਾਰ ਇੱਦਾਂ ਹੀ ਰਵਾਂਗੇ ਸਾਰੇ ਕੁਛ ਘੱਟ ਤਾਂ ਨਹੀਂ ਫੀਲ ਹੋ ਰਿਹਾ ਹੁਣ ਨਹੀਂ ਕੁਛ ਵੀ ਘੱਟ ਮਤਲਬ ਪ੍ਰੋਪਰ ਸੇਮ ਉਹ ਪੁਰਾਣਾ ਡੇਵੀ ਲੱਗ ਰਿਹਾ ਹਾਂ ਹੁਣ ਓਕੇ ਬਸ ਮਿਰਚਾਂ ਨਹੀਂ ਖਾ ਸਕਦਾ ਅੱਛਾ ਮਿਰਚਾਂ ਨਹੀਂ ਖਾ ਸਕਦੇ ਕੋਈ ਵੀ ਇਨਸਾਨ ਚਾਹੇ ਉਹ ਪਤਲਾ ਹੈ ਚਾਹੇ ਮੋਟਾ ਹੈ ਲੇਕਿਨ ਸਰੀਰ ਦੇ ਨਾਲ ਹਰ ਇੱਕ ਨੂੰ ਪਿਆਰ ਹੁੰਦਾ ਹੈ ਨਾ ਤੁਸੀਂ ਵਰਕਆਊਟ ਕੀਤਾ ਸੀ ਤੁਹਾਡਾ ਇੱਕ ਅਲੱਗ ਫਿਜ਼ੀਕ ਦੇਖਿਆ ਸਿਕਸ ਪੈਕ ਕਮਿੰਗ ਸੂਨ ਸੀ ਕਾਈਂਡ ਆਫ ਨਾ ਜਦੋਂ ਉਹ ਤੁਸੀਂ ਆਪਣੀ ਉਹ ਬੋਡੀ ਨੂੰ ਤਾਂ ਜਦੋਂ ਹਸਪੀਟਲ ਤੋਂ ਬਾਹਰ ਆਇਆ ਬੋਡੀ ਨੂੰ ਦੇਖੀ ਤਾਂ ਕੀ ਰਿਐਕਸ਼ਨ ਸੀਗੇ ਤੁਹਾਡੇ ਮਤਲਬ ਕਾਫੀ ਜ਼ਿਆਦਾ ਇੱਕੋ ਦਮ ਨਹੀਂ ਵੀਕ ਹੋਇਆ ਸੀ ਮੈਂ ਅਸਲ 'ਚ ਨਾ ਜਦੋਂ ਆਪਰੇਸ਼ਨ ਹੋਇਆ ਨਾ ਮੇਰਾ ਉਦੋਂ ਆਪਰੇਸ਼ਨ ਹੋਣ ਤੋਂ ਬਾਅਦ ਠੀਕ ਸੀਗਾ ਮੈਂ ਤਾਂ ਉਹ ਹੁੰਦਾ ਨਾ 10-15 ਦਿਨ 'ਚ ਬਹੁਤ ਜ਼ਿਆਦਾ ਵੀਕ ਹੋ ਗਿਆ ਇੱਕੋਦਮ 10 ਕਿਲੋ ਮੇਰਾ 10-12 ਕਿਲੋ ਵਜਨ ਮੇਰਾ ਗਿਰ ਗਿਆ ਅਤੇ ਉਹੀ ਫਿਰ ਜਿਹਨੇ ਸਰੀਰ ਨਾਲ ਪਿਆਰ ਕੀਤਾ ਹੋਵੇ ਫਿਰ ਉਹਨੂੰ ਜਦੋਂ ਫਿਰ ਇੱਦਾਂ ਦੀਆਂ ਫੋਟੋਆਂ ਮੈਂ ਸ਼ੀਸ਼ੇ ਮੂਹਰੇ ਖੜ ਕੇ ਦੇਖਦਾ ਸੀਗਾ ਕੱਪੜੇ ਲਾ ਕੇ ਆਪਦੇ ਸਾਰੇ ਸ਼ੀਸ਼ੇ ਮੂਹਰੇ ਖੜ ਕੇ ਦੇਖਦਾ ਸੀਗਾ ਹੈ ਨਾ ਵੀ ਫਿਰ ਪੁਰਾਣੀਆਂ ਫੋਟੋਆਂ ਖੋਲ੍ਹ ਕੇ ਦੇਖਦਾ ਸੀ ਵੀ ਜਦੋਂ ਜਿੰਮ ਜਾਂਦਾ ਹੁੰਦਾ ਸੀਗਾ ਹੈ ਨਾ ਪਰ ਠੀਕ ਸੀ ਮੈਨੂੰ ਐਂ ਸੀ ਮੈਂ ਬਣਾ ਲੈਣੇ ਆ ਬਸ ਇਹ ਜਿਹੜੇ ਸਕਾਰਸ ਨੇ ਹੋਣੇ ਇਹ ਪੂਰੀ ਉਮਰ ਰਹਿੰਦੀ ਉਮਰ ਤੱਕ ਨਾਲ ਰਹਿਣੇ ਹੈ ਨਾ ਬਿਲਕੁਲ ਇਸ ਚੀਜ਼ ਲਈ ਮੋਟੀਵੇਟ ਕਰਨਗੇ ਇਹ ਮੋਟੀਵੇਟ ਕਰਨਗੇ ਕਿਉਂਕਿ ਮੈਂ ਬਹੁਤ ਮੈਂ ਉੱਤੇ ਯੂਟਿਊਬ 'ਤੇ ਬਹੁਤ ਸਰਚ ਕਰਦਾ ਰਿਹਾ ਜਿਨ੍ਹਾਂ ਨਾਲ ਹੋਇਆ ਹੈ ਨਾ ਜਿਨ੍ਹਾਂ ਨਾਲ ਆਹ ਕੁਛ ਹੋਇਆ ਹੈ ਨਾ ਉਹਨਾਂ ਨੂੰ ਦੇਖ ਕੇ ਬਹੁਤ ਮੋਟੀਵੇਸ਼ਨ ਮਿਲੀ ਅਤੇ ਕਈਆਂ ਦੇ ਤਾਂ ਆਹ ਪਰਮਾਨੈਂਟ ਬੈਗ ਲੱਗ ਜਾਂਦਾ ਹੈ ਨਾ ਜਿੱਦਾਂ ਮੇਰਾ ਟੈਂਪਰੇਰੀ ਸੀਗਾ ਨਾ 2-3 ਮਹੀਨੇ ਕਈਆਂ ਦੇ ਪਰਮਾਨੈਂਟਲੀ ਲਾਈਫ ਟਾਈਮ ਲਈ ਲੱਗ ਜਾਂਦਾ ਆ ਅਤੇ ਉਹ ਉਹਦੇ ਨਾਲ ਆਪਣੀ ਜ਼ਿੰਦਗੀ ਕੱਢਦੇ ਆ ਫਿਰ ਉੱਥੋਂ ਮੈਂ ਮੋਟੀਵੇਸ਼ਨ ਲੈਣੀ ਵੀ ਕਿੱਡੀ ਗੱਲ ਆ ਫਿਰ ਤਾਂ 2.5 ਮਹੀਨੇ ਦੀ ਗੱਲ ਆ ਹੈ ਨਾ ਵੀ ਲੋਕਾਂ ਦੀ ਸਾਰੀ ਉਮਰ ਆ 2.5 ਮਹੀਨੇ ਆ ਕਰ ਲਏਗਾ ਕੋਈ ਚੱਕਰ ਨਹੀਂ ਬਸ ਮੋਟੀਵੇਸ਼ਨ ਲੈਂਦਾ ਰਿਹਾ ਇੱਧਰੋਂ ਉੱਧਰੋਂ
ਡੈਵੀ ਦੇ ਕਮਬੈਕ ਦੇ ਲਈ ਗਾਣਾ ਬਣਾਇਆਗਾ ਯਾਰਾਂ ਦੇ ਉੱਪਰ ਹਨਾ ਸੋਹਣਾ ਸਾਰੀਆਂ ਪੁਰਾਣੀਆਂ ਵੀਡੀਓ ਇਕੱਠੀਆਂ ਕਰਕੇ ਰੇਅਰ ਵੀਡੀਓ ਇਕੱਠੀਆਂ ਕਰਕੇ ਫੋਟੋਆਂ ਇਕੱਠੀਆਂ ਕਰਕੇ ਹਨਾ ਉਹ ਅਸਲ ਦੇ ਸੁਖ ਬਾਈ ਨੂੰ ਸ਼ੌਂਕ ਆ ਨਾ ਹਾਂ ਥੋੜਾ ਉਹ ਵੀਡੀਓਗ੍ਰਾਫੀ ਕਰਨ ਦਾ ਨਾ ਤੇ ਉਹ ਸਾਰੇ ਉਹਨੇ ਉਸ ਟਾਈਮ ਵੀ ਵੀਡੀਓ ਬਣਾਉਂਦਾ ਰਿਹਾ ਉਹ ਵੀ ਇਦਾਂ ਦਾ ਮਤਲਬ ਰਾਈਟਰ ਦਿਮਾਗ ਉਦੋਂ ਵੀ ਚੱਲ ਰਿਹਾ ਸੀ ਕਹਿ ਸਕਦੇ ਆ ਨਹੀਂ ਦਿਮਾਗ ਨਹੀਂ ਸੀ ਚੱਲਿਆ ਉਦੋਂ ਅਸਲ 'ਚ ਬਸ ਇੱਕ ਯਾਦ ਹੁੰਦੇ ਆ ਆਪਾਂ ਕਿਤੇ ਵੀ ਜਾਂਦੇ ਆ ਯਾਦਾਂ ਕੈਪਚਰ ਕਰਦੇ ਆ ਨਹੀਂ ਰਾਈਟਰ ਦਿਮਾਗ ਇਹ ਵੀ ਚੱਲ ਸਕਦਾ ਕਿ ਜੋ ਡੈਵੀ ਠੀਕ ਹੋਏਗਾ ਕੁਝ ਆਪਾਂ ਇਹਦਾ ਡੈਡੀਕੇਸ਼ਨ ਵਾਲੀ ਚੀਜ਼ ਆ ਜਿਹੜੀ ਡੈਵੀ ਨੂੰ ਚੰਗੀ ਲੱਗੀ ਉਹ ਤਿਆਰ ਕਰਾਂਗੇ ਹਾਂ ਇਹ ਸੀਗਾ ਬਟ ਮੈਂ ਮਨਾ ਕਰਤਾ ਸੀਗਾ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਅੱਛਾ ਵੀ ਮੈਂ ਨਹੀਂ ਵੀ ਇਦਾਂ ਨਹੀਂ ਮੈਂ ਨਹੀਂ ਦਿਖਾਉਣਾ ਚਾਹੁੰਦਾ ਹਨਾ ਵੀ ਜੋ ਮੇਰੇ ਨਾਲ ਹੋਇਆ ਪਰਸਨਲੀ ਵੀ ਫਿਰ ਚਲੋ ਬੈਠੇ ਗੱਲ ਗੁੱਲ ਕੀਤੀ ਵੀ ਕੋਈ ਗੱਲ ਨਹੀਂ ਵੀ ਸਾਰਿਆਂ ਨੂੰ ਪਤਾ ਵੀ ਲੱਗਣਾ ਚਾਹੀਦਾ ਆ ਹਨਾ ਤੇ ਆਪਾਂ ਦੇਖਦੇ ਹਾਂ ਕੁਝ ਬਣਾ ਕੇ ਮੈਂ ਕਿਹਾ ਚਲੋ ਫਿਰ ਵੀ ਠੀਕ ਆ ਹਨਾ ਵੀ ਸਾਰਿਆਂ ਨੂੰ ਚਲੋ ਇਸੇ ਬਹਾਨੇ ਸਾਰਿਆਂ ਨੂੰ ਪਤਾ ਲਾ ਜੂਗਾ ਕਿਉਂਕਿ ਜਿਹਦਾ ਵੀ ਫੋਨ ਆਉਂਦਾ ਸੀ ਮੈਂ ਕਿਸੇ ਦਾ ਫੋਨ ਨਹੀਂ ਚੱਕਦਾ ਹੁੰਦਾ ਹਨਾ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਇੰਨਾ ਟਾਈਮ ਮੈਂ ਕਿਹਾ ਚਲੋ ਇਹ ਵਧੀਆ ਇੱਕ ਉਹ ਆ ਸਭ ਨੂੰ ਪਤਾ ਲਾ ਜੂਗਾ ਤੇ ਕਰਦੇ ਹਾਂ ਯਾਰਾਂ ਨਾਲ ਗਾਣਾ ਹੋ ਜਾਏ ਘਰੇ ਹਾਂ ਹਾਂ ਯਾਰਾਂ ਨਾਲ ਹਾਂ ਬਿਨਾ ਗਾਲ ਤੋਂ ਸਾਲੇ ਬੁਲਾ ਕੇ ਰਾਜ਼ੀ ਨਹੀਂ ਜੀਦਾ ਵੀ ਉੱਡਿਆ ਮਜ਼ਾਕ ਹੋਵੇ ਬੁਲਾ ਕੇ ਰਾਜ਼ੀ ਨਹੀਂ ਪਰ ਬਿਨਾ ਮੇਰੇ ਕੁਝ ਕਹੇ ਸਭ ਕੁਝ ਕਰ ਵੀ ਸਕਦੇ ਨੇ ਕਰ ਵੀ ਸਕਦੇ ਨੇ ਇਹ ਜਿਹੜੇ ਮੈਨੂੰ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਕਦੇ ਨੇ ਜੀਣ ਨਹੀਂ ਦਿੰਦੇ ਮੇਰੇ ਲਈ ਮਰ ਵੀ ਸਕਦੇ ਨੇ ਕੀ ਬਾਤ ਹੈ ਡੈਵੀ ਸਟੇਜ ਨੂੰ ਕਿੰਨਾ ਮਿਸ ਕਰ ਰਹੇ ਹੋ ਸਟੇਜ ਨੂੰ ਕਾਫੀ ਮਿਸ ਕਰ ਰਿਹਾ ਮੈਂ ਹਾਲ ਤੱਕ ਗਿਆ ਨਹੀਂ ਕਿਹੜਾ ਗਾਣਾ ਐਸੋ ਬਾਹਰ ਭਰਿਆ ਪਿਆ ਕਿ ਜਾਂਦੇ ਪਹਿਲਾਂ ਇਹ ਗਾਣਾ ਗਾਉਣਾ ਹੈ ਜਾਂਦੀ ਪਹਿਲਾਂ ਬਾਹਰ ਬਾਬਾ ਬੰਦਾ ਸਿੰਘ ਬਹਾਦਰ ਲਾ ਮਤਲਬ ਉਹ ਪੂਰਾ ਜੋਸ਼ ਹੋ ਰਿਹਾ ਹਾਂ ਉਹਨਾਂ ਕੁ ਜ਼ੋਰ ਹੈਗਾ ਵੀ ਜਾਂਦੀ ਪਹਿਲਾਂ ਵਾਰ ਲਾਉਣੀ ਆ ਤੇ ਵਾਰ ਲਾ ਕੇ ਦੇਖਣਾ ਵੀ ਕਿੱਥੇ ਕਿ ਸਟੈਂਡ ਕਰਦੇ ਆ ਕੀ ਬਾਤ ਹੈ ਹਾਂ ਹੁਣ ਫਿਰ ਅਪਕਮਿੰਗ ਪਲਾਨਸ ਦੀ ਗੱਲ ਕਰੀਏ ਤਾਂ ਕੀ ਪਲਾਨਸ ਨੇ ਤੁਹਾਡੀ ਮੂਵੀ ਆਲਮੋਸਟ ਹੁੰਦਾ ਨਵੰਬਰ ਦੇ ਰਿਲੀਜ਼ ਹੋਏ ਨੇ ਡੈਬਿਊ ਮੂਵੀ ਹੈਨਾ ਹਾਂਜੀ ਉੱਲੂ ਤੇ ਪੱਠੇ ਉੱਲੂ ਦੇ ਪੱਠੇ ਉਸ ਤੋਂ ਇਲਾਵਾ ਇੱਕ ਵੈਬ ਸੀਰੀਜ਼ ਦਾ ਵੀ ਸ਼ੂਟ ਚੱਲ ਰਿਹਾ ਹਾਂਜੀ ਹਾਂਜੀ ਤਾਂ ਹੁਣ ਤਾਂ ਫਿਲਮਾਂ ਵਾਲਾ ਕੰਮ ਵੀ ਹੋਣ ਵਾਲਾ ਹਾਂ ਦੇਖੋ ਫਿਲਮਾਂ ਕਿਤੇ ਨਾ ਕਿਤੇ ਰੁਕਣੀਆਂ ਪਈਆਂ ਆਪਣੀ ਇਸ ਇੰਜਰੀ ਕਰਕੇ ਜਾਂ ਸਰਜਰੀ ਕਰਕੇ ਨਹੀਂ ਫਿਲਮ ਨਹੀਂ ਰੁਕਣੀ ਪਈਆਂ ਅਸਲ 'ਚ ਫਿਲਮ ਤਾਂ ਸ਼ੂਟ ਹੋਇਆ ਸੀਗਾ ਆਲਮੋਸਟ ਸਾਰਾ ਗਾਣੇ ਬਹੁਤ ਰੁਕਣੇ ਪੈ ਗਏ ਤਿੰਨ ਚਾਰ ਮਹੀਨੇ ਬਿਲਕੁਲ ਹੀ ਗਾਣੇ ਬਿਲਕੁਲ ਹੀ ਬੰਦ ਕਰਤੇ ਨਾ ਬਣਾਏ ਨਾ ਕੋਈ ਰਿਲੀਜ਼ ਕੀਤਾ ਤੇ ਹੁਣ ਇੱਕੋ ਦਮ ਬਹੁਤ ਜ਼ਿਆਦਾ ਹੋ ਗਿਆ ਹੁਣ ਈਪੀ ਰਿਲੀਜ਼ ਕੀਤੀ ਹਾਂ ਹੁਣ ਈਪੀ ਰਿਲੀਜ਼ ਕਰਤੀ ਆ ਉਹਦਾ ਵੀ ਵਧੀਆ ਰਿਸਪੌਂਸ ਆ ਰਿਹਾ ਹਨਾ ਤੇ ਉਹਦੇ ਗਾਣਿਆਂ 'ਚੋਂ ਵੀ ਇੱਕ ਗਾਣੇ ਦੀ ਵੀਡੀਓ ਕਰਕੇ ਆਏ ਹਾਂ ਹੁਣ ਅਸੀਂ ਈਪੀ 'ਚੋਂ ਤੇ ਫਿਰ ਜਿਹੜੇ ਪੁਰਾਣੇ ਕੰਪਨੀ ਨਾਲ ਪੈਸੇ ਪੂਏ ਫੜੇ ਹੋਏ ਨੇ ਉਹਨਾਂ ਦੇ ਪ੍ਰੋਜੈਕਟ ਤਿਆਰ ਕਰਕੇ ਦੇਣ ਨੇ ਹੁਣ ਬਸ ਹੁਣ ਕੰਮ ਤੇ ਆ ਕਿਆ ਬਾਤ ਥੈਂਕ ਯੂ ਸੋ ਮਚ ਡੈਵੀ ਬਹੁਤ ਸੋਹਣੀਆਂ ਤੁਹਾਨੂੰ ਲੱਗਾ ਗੱਲਾਂ ਬਾਤਾਂ ਕਰਕੇ ਹਨਾ ਅਸੀਂ ਵਿਸ਼ ਕਰਦੇ ਹਾਂ ਕਿ ਚਲੋ ਏਦਾਂ ਦੌਰ ਕਿਸੇ ਵੀ ਇਨਸਾਨ ਨੂੰ ਨਾ ਦੇਖਣਾ ਪਵੇ ਲਾਈਫ ਦੇ ਵਿੱਚ ਬਾਕੀ ਜਿਹੜਾ ਤੁਸੀਂ ਉਸ ਚੀਜ਼ ਨੂੰ ਹਰਾ ਕੇ ਅੱਗੇ ਆਏ ਨਾ ਉਹ ਵਾਕੇ ਕਾਬਿਲੇ ਤਾਰੀਫ ਆ ਤਾਂ ਤੁਹਾਡੀ ਹਿੰਮਤ ਨੂੰ ਦਾਦ ਆ ਤੁਹਾਡੇ ਹੌਸਲੇ ਨੂੰ ਦਾਦ ਆ ਤੁਹਾਡੇ ਯਾਰਾਂ ਬੇਲੀਆਂ ਨੂੰ ਤੁਹਾਡੇ ਪਰਿਵਾਰ ਨੂੰ ਦਾਦ ਆ ਕਿ ਜਿਨ੍ਹਾਂ ਨੇ ਤੁਹਾਨੂੰ ਉਸ ਦੌਰ ਦੇ ਵਿੱਚੋਂ ਕੱਢ ਕੇ ਦੁਬਾਰਾ ਸਟੇਜ ਦੇ ਉੱਪਰ ਲੈ ਕੇ ਜਾਣਾ ਲੈਣੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਦੁਨੀਆਂ 'ਚ ਹੋਰ ਕੀ ਖੱਟ ਲੈਣਾ ਬੰਦੇ ਨੇ ਜਾਂਦੀ ਬਾਰੇ ਕੁਛ ਨਹੀਂ ਖਾਲੀ ਹੱਥ ਹੀ ਆ ਇਹੀ ਆ ਵੀ ਜਿਉਂਦੇ ਜੀ ਚਲੋ ਚਾਰ ਬੰਦੇ ਨਾਲ ਖੜੇ ਹੋਣ ਹੈ ਨਾ ਅਤੇ ਇਹੀ ਕੁਛ ਆ ਜ਼ਿੰਦਗੀ 'ਚ ਮੈਮਰੀਜ਼ ਨੇ ਵਧੀਆ 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 ਮੈਮਰੀਜ਼ ਬਣਾਓ ਜੋ ਤੁਹਾਨੂੰ ਵਧੀਆ ਲੱਗਦਾ ਉਹ ਕੰਮ ਕਰੋ ਗਲਤ ਨਹੀਂ ਕਈ ਕਹਿਣ ਮੈਨੂੰ ਮਰਡਰ ਕਰਕੇ ਤਸੱਲੀ ਮਿਲਦੀ ਹੈ ਉਹ ਨਹੀਂ ਮਤਲਬ ਤੁਸੀਂ ਜੋ ਕਰਨਾ ਚਾਹੁੰਦੇ ਹੋ ਤੁਹਾਡੇ ਕਰਕੇ ਕੋਈ ਦੂਜਾ ਬੰਦਾ ਕਦੇ ਉਹ ਨਾ ਹੋਵੇ ਇਫੈਕਟ ਨਾ ਹੋਵੇ ਮਤਲਬ ਉਦਾਂ ਕੁਛ ਵੀ ਤੁਸੀਂ ਵਧੀਆ ਕਰ ਸਕਦੇ ਹੋ ਵੈਲ ਗਾਇਸ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਅੱਜ ਮੈਂ ਖੁਦ ਆ ਬਹੁਤ ਡਿਫਰੈਂਟ ਫੀਲ ਕਰ ਰਿਹਾ ਕਿ ਉਹਨਾਂ ਬੰਦਿਆਂ ਦੇ ਨਾਲ ਮੈਨੂੰ ਸੀਰੀਅਸ ਗੱਲ ਕਰਨੀ ਪੈ ਰਹੀ ਜਿਹੜੇ ਕਦੇ ਆਪ ਸੀਰੀਅਸ ਨਹੀਂ ਹੁੰਦੇ ਹਨਾ ਤਾਂ ਡੈਵੀ ਤੁਹਾਡੇ ਉਦਾਂ ਦੇ ਵੀ ਮਸਾਲੇ ਵੀ ਹੈਗੇ ਆ ਮੈਂ ਚਾਹੂੰਗਾ ਜਾਣ ਤੋਂ ਪਹਿਲਾਂ ਕਿਸੇ ਵੀ ਡੈਵੀ ਵਾਲੇ ਅੰਦਾਜ਼ ਦੇ ਵਿੱਚ ਦਾ ਲੈਂਡਰ ਅੰਦਾਜ਼ ਦੇ ਵਿੱਚ ਖਤਮ ਕਰੀਏ ਆਪਾਂ ਇੰਟਰਵਿਊ ਸ਼ਕਲ ਤੋਂ ਲੱਗੇ ਤੂੰ ਸਿਆਣਾ ਮੁੰਡਿਆ ਅਕਲ ਤੋਂ ਲੱਗੇ ਮੈਨੂੰ ਪੈਦਲ ਹੀ ਤੂੰ ਕਿਹੜੀਆਂ ਉਹ ਗੱਲਾਂ ਜੀ ਦਾ ਰੋਬ ਰੱਖਦਾ ਕਿਹੜੀ ਜੇਬੀ ਉੱਤੇ ਟੰਗੇ ਮੈਡਲ ਨੇ ਤੂੰ ਹਟਿਆ ਨੀ ਤੈਨੂੰ ਮੈਂ ਹਟਾ ਕੇ ਵੇਖਿਆ ਹੋ ਯਾਦ ਆ ਜਲੀਲ ਉਹਨੇ ਰੋਡ ਕੀਤਾ ਸੀ ਕਿਹੋ ਜਿਹੀਆਂ ਗੱਲਾਂ ਵੇ ਤੂੰ ਮੁੰਡਿਆ ਕਰੇ ਪੈਦਾ ਹੋਇਆ ਸੀ ਆ ਡਾਊਨਲੋਡ ਕੀਤਾ ਸੀ ਇਹੋ ਜਿਹੀਆਂ ਗੱਲਾਂ ਨੀ ਤੂੰ ਕੁੜੀਏ ਕਰੇ ਮੈਨੂੰ ਤੇਰੇ 'ਚ ਵੀ ਡਾਊਨਲੋਡਿੰਗ ਐਰਰ ਲੱਗੇ ABP ਸਾਂਝਾ ਜੋਸ਼ ਜਜ਼ਬਾ ਜਨੂੰਨ